ਨਵਾਂ ਅੱਤਵਾਦੀ ਹਮਲਾ ਗੁੱਸੇ 'ਚ ਆਏ ਸਮੂਹ ਦੁਕਾਨਦਾਰਾਂ ਨੇ ਪਾਕਿਸਤਾਨ ਦਾ ਕੀਤਾ ਪਿੱਟ ਸਿਆਪਾ। ਬੀਤੇ ਦਿਨੀ ਪੁਲਵਾਮਾ ਹਮਲੇ ਨੂੰ ਵੇਖ ਸਾਰਾ ਦੇਸ਼ ਗੁੱਸੇ 'ਚ ਨਜ਼ਰ ਆ ਰਿਹਾ ਹੈ। ਜਿਸ ਦੌਰਾਨ ਗਲੀਆਂ ਬਾਜ਼ਾਰਾਂ 'ਚ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲੱਗ ਰਹੇ ਹਨ, ਉੱਥੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਸੜਕਾਂ 'ਤੇ ਆਉਂਦੇ ਨਜ਼ਰ ਆ ਰਹੇ ਹਨ। ਬੀਤੀ ਸਥਾਨਕ ਸ਼ਹਿਰ ਦੀਆਂ ਯੂਨੀਅਨਾਂ, ਜਿਨ੍ਹਾਂ 'ਚ ਕੈਮਿਸਟ ਆਰਗੇਨਾਈਜੇਸ਼ਨ, ਕਰਿਆਨਾ ਯੂਨੀਅਨ, ਰੈਡੀਮੇਡ ਐਂਡ ਮੁਨਿਆਰੀ ਯੂਨੀਅਨ, ਬੂਟ ਯੂਨੀਅਨ, ਸੈਲਰ ਐਸੋਸੀਏਸ਼ਨ, ਸਰਾਫਾ ਹਲਵਾਈ, ਆੜਤੀ ਯੂਨੀਅਨ, ਬ੍ਰਾਹਮਣ ਪ੍ਰਤੀਨਿਧ ਸਭਾ, ਸ਼ਿਵ ਸੈਨਾ, ਬਾਲ ਠਾਕਰੇ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਅਤੇ ਪਾਕਿਸਤਾਨ ਖਿਲਾਫ਼ ਨਾਅਰੇਬਾਜ਼ੀ ਦੇ ਨਾਲ ਨਾਲ ਪਿੱਟ ਸਿਆਪਾ ਕੀਤਾ ਗਿਆ। ਇਹ ਕੈਂਡਲ ਮਾਰਚ ਤਹਿਸੀਲ ਚੌਂਕ ਤੋਂ ਸ਼ੁਰੂ ਹੋ ਕੇ ਤਹਿਸੀਲ ਬਾਜ਼ਾਰ, ਗੁਰੂ ਬਾਜ਼ਾਰ, ਅੱਡਾ ਬਾਜ਼ਾਰ, ਬੋੜੀ ਚੌਂਕ, ਚਾਰ ਖੰਭਾ ਚੌਂਕ ਤੋਂ ਹੁੰਦਾ ਹੋਇਆ ਵਾਪਸ ਤਹਿਸੀਲ ਚੌਂਕ ਵਿਖੇ ਸਮਾਪਤ ਹੋ ਗਿਆ। ਇਸ ਮੌਕੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ 7:30 ਵਜੇ ਬੰਦ ਕਰਦੇ ਹੋਏ ਇਸ 'ਚ ਹਿੱਸਾ ਲਿਆ। ਇਸ ਦੌਰਾਨ ਸ਼ਿਵ ਸੈਨਾ ਬਾਲ ਠਾਕਰੇ ਦੇ ਮੀਤ ਪ੍ਰਧਾਨ ਪੰਜਾਬ ਅਸ਼ਵਨੀ ਕੁਮਾਰ ਕੁੱਕੂ ਨੇ ਸਮੂਹ ਮੈਂਬਰਾਂ ਨਾਲ ਪਾਕਿਸਤਾਨ ਦਾ ਪਿੱਟ ਸਿਆਪਾ ਕਰਦੇ ਹੋਏ ਹਾਏ ਹਾਏ ਦੇ ਨਾਰੇ ਲਾਏ ਅਤੇ ਇੱਕ ਮਿੰਟ ਦਾ ਮੌਨ ਰੱਖਿਆ। ਇਸ ਕੈਂਡਲ ਮਾਰਚ 'ਚ ਕੈਮਿਸਟ ਆਰਗੇਨਾਈਜੇਸ਼ਨ ਦੇ ਚੇਅਰਮੈਨ ਸੁਖਬੀਰ ਸਿੰਘ ਸੁੱਗੂ, ਪ੍ਰਤਾਪ ਸਿੰਘ, ਹੈੱਡ ਜਿਊਰੀ ਮੈਂਬਰ ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਚਾਵਲਾ, ਜਨਰਲ ਸਕੱਤਰ ਪਵਨ ਚਾਵਲਾ, ਗਗਨਦੀਪ ਭਨੋਟ, ਕ੍ਰਿਸ਼ਨਾ ਮੈਡੀਕਲ, ਅਮਿਤ ਪਾਸੀ ਹਾਜ਼ਰ ਸਨ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।